ਸੋਸ਼ਲ ਮੀਡੀਆ ਦਾ ਯੋਗ ਹੈ আর সোশ্যাল মিডিয়া তে ਲੋਕਾਂ ਵੱਲੋਂ ਢੇਰ ਸਾਰਾ ਤੁਹਾਨੂੰ ਪਿਆਰ ਮਿਲ ਰਿਹਾ। ਇੱਕ ਵਾਰ ਦੱਸ ਦਿਓ ਕਿ ਕਿਸ ਤਰ੍ਹਾਂ ਕਿੰਨਾ ਕੁ ਖੁਣ ਨੂੰ ਮਾਣ ਨੂੰ ਸੂਸ ਹੋ ਰਿਹਾ। ਸਰ ਉਹਦਾ ਤੇ ਕੋਈ ਹਿਸਾਬ ਨਹੀਂ। ਜਿੰਨੀ ਖੁਸ਼ੀ ਜਿੰਨਾ ਮਾਣ ਖੁਸ਼ੀ ਕਹਿ ਸਕਦੇ। ਜਿੰਨੀ ਖੁਸ਼ੀ ਉਹਦਾ ਤੇ ਕੋਈ ਅੰਤ ਹਿਸਾਬ ਹੀ ਨਹੀਂ। ਲੇਕਿਨ ਇਹ ਸਾਰਾ ਕੁਝ ਕੀਤਾ ਹੈ ਜੀ ਪੰਜਾਬੀਆਂ ਨੇ। ਪੰਜਾਬੀ ਸਰੋਤਿਆਂ ਨੇ। ਤੇ ਵੈਸੇ ਤੇ ਸਾਡ ਸਾਰਿਆਂ ਨੂੰ ਪਤਾ ਹੀ ਹੈ ਕੱਲ ਪਰਸੋਂ ਤੋਂ 2-4 ਦਿਨਾਂ ਤੋਂ ਲਗਾਤਾਰ ਦੱਸਦੇ ਆ ਰਹੇ ਆ ਕੋਈ 100 150 ਚੈਨਲ ਵਾਲੇ ਵੀਰਾਂ ਨੂੰ ਪੱਤਰਕਾਰ ਵੀਰਾਂ ਨੂੰ ਦੱਸ ਚੁੱਕੇ ਆ ਤੇ ਪਤਾ ਹੀ ਆ ਉਹਨਾਂ ਨੂੰ ਪੱਤਰਕਾਰ ਵੀਰਾਂ ਨੇ ਔਰ ਚੈਨਲਾਂ ਨੇ ਉਹ ਤੇ ਗੱਲ ਖੁਦ ਡਿਕਲੇਅਰ ਕਰਤੀ ਆ ਬੀਏ 24 ਸਾਲ ਤੋਂ ਗਾ ਰਹੇ ਨੇ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਤੇ ਹੁਣ ਤੱਕ ਲਗਾਤਾਰ ਗਾ ਰਹੇ ਨੇ 1 ਮਿੰਟ ਵੀ ਰੁਕੇ ਨਹੀਂ ਆ ਪਰ ਜੇ ਹੁਣ ਪਿਆਰ ਮਿਲਿਆ ਉਸ ਨੂੰ ਕਿਸ ਤਰ੍ਹਾਂ ਬਿਲਕੁਲ ਜੀ ਇੰਨਾ ਹੀ ਪਿਆਰ ਉਦੋਂ ਦਾ ਹੀ ਮਿਲ ਰਿਹਾ ਜੀ ਪਿਆਰ ਤੇ ਉਦੋਂ ਦਾ ਹੀ ਸ਼ੁਰੂ ਤੋਂ ਹੀ ਮਿਲ ਰਿਹਾ ਔਰ ਇਸ ਤੋਂ 10 ਗੁਣਾ ਉੱਪ ਦਾ ਸੀਗਾ ਪਰ ਉਹ ਤਰੀਕਾ ਬਦਲ ਗਿਆ ਨਾ ਤਰੀਕਾ ਉਹ ਤਰੀਕਾ ਸੀਗਾ ਉਹ ਟੈਸਟਾਂ ਸੀਗੀਆਂ ਉਹ ਰੀਲਾਂ ਸੀ ਡਿੱਕ ਦੀਆਂ ਰੀਲਾਂ ਇਹ ਰੀਲਾਂ ਨੇ ਆ ਨੈਟ ਦੀਆਂ ਰੀਲਾਂ ਉਹ ਡਿੱਕ ਦੀਆਂ ਹੈ ਨੈਟ ਦੀਆਂ ਇੰਸਟਾਗ੍ਰam ਦੀਆਂ ਇਹ ਤੁਹਾਡੇ ਵਰਗੇ ਪੱਤਰਕਾਰਾਂ ਤੋਂ ਵੀਰਾਂ ਤੋਂ ਆ ਮੈਂ ਹਫ਼ਤੇ ਤੋਂ ਹਫ਼ਤੇ ਤੋਂ ਸੁਣ ਰਿਹਾ ਤੇ ਕਿਉਂਕਿ ਮੈਨੂੰ ਉਹ ਨੈਟ ਦੀ ਘੱਟ ਨੌਲੇਜ ਆ ਮੈਨੂੰ ਉਹ ਚਲਾਉਣਾ ਵੀ ਨਹੀਂ ਆਉਂਦਾ ਤੇ ਤੁਹਾਡੇ ਵਰਗੇ ਸਾਰੇ ਵੀਰਾਂ ਤੋਂ ਸੁਣਿਆ ਵੀ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਮੈਨੂੰ ਨਾਮ ਹੀ ਹੋਣੀ ਲੈਣਾ ਆ ਕਹਿੰਦੇ ਜੀ ਜਿਹੜਾ ਸੋਸ਼ਲ ਮੀਡੀਆ ਹੈ ਇਹਦਾ ਸਭ ਤੋਂ ਉੱਚਾ ਸਭ ਤੋਂ ਵੱਡਾ ਪਲੇਟਫਾਰਮ ਹੈ ਇੰਸਟਾਗ੍ਰam ਤੇ ਉਹਦੇ ਤੇ ਇਹ ਜਿਹੜਾ ਸਾਗਰ 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 ਕਰਾਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਉਹ ਕਰਾਉਣ ਤੇ 24 25 ਸਾਲ ਤੋਂ ਡਿਆ ਸ਼ਮੀ ਸ਼ਮੀ ਸਾਗਰ ਸਾਗਰ ਗੰਡੀਵੈਂਟ ਗੰਡੀਵੈਂਟ ਉੱਤੇ ਹੋ ਚੁੱਕੀ ਆ ਤੇ ਲਗਾਤਾਰ ਹੋਈ ਜਾ ਰਹੀ ਆ ਪੰਜਾਬੀਆਂ ਨੇ ਸਾਡੀ ਗਰੀਬਾਂ ਦੀ ਮੇਰੀ ਗਰੀਬ ਦੀ ਡਿਊਟੀ ਲਾਤੀ ਪੀ ਤੂੰ ਲਿਖੀ ਚਲ ਤੇ ਗਾਈ ਚਲ ਉਹ ਰੈਗੂਲਰ ਕੰਮ ਕਰਦੇ ਆ ਰਹੇ ਆ ਜੀ ਬਾਕੀ ਇਹ ਆ ਕਿ ਜਮਾਨਾ ਇਹ ਜਿਹੜਾ ਨਾ ਉਹ ਤਰੀਕਾ ਬਦਲ ਗਿਆ ਸੋਸ਼ਲ ਮੀਡੀਆ ਇਹ ਤਰੀਕਾ ਬਦਲ ਗਿਆ ਇਹਦੇ ਤੇ ਉਹ ਛੋਟੇ ਛੋਟੇ ਬੱਚੇ ਵੀ ਕੰਮ ਕਰ ਲੈਂਦੇ ਨੇ ਨਾਲੇ ਹੁਣ ਜਮਾਨਾ ਬਹੁਤ ਅੱਗੇ ਚੱਲ ਗਿਆ ਨਾ ਜੀ ਐਡਵਾਂਸ ਚੱਲ ਗਿਆ ਸਾਡਾ ਕੰਟਰੀ ਤੇ ਸਭ ਤੋਂ ਬਿਲਕੁਲ ਉੱਪਰ ਚਲੇ ਗਿਆ ਨਾ ਪੂਰੇ ਮਾਤ ਲੋਕ ਤੇ ਸਾਡਾ ਦੇਸ਼ ਤੇ ਸਭ ਤੋਂ ਉੱਤੇ ਚਲੇ ਗਿਆ ਤੁਸੀਂ ਸੋਚਿਆ ਸੀ ਕਿ 2005 ਤੋਂ ਬਾਅਦ ਜਦੋਂ ਉਸ ਤੋਂ ਬਾਅਦ ਤੁਸੀਂ ਗਾਣਿਆਂ ਦੀ ਝੜੀ ਲਗਾਉਂਦੇ ਰਹੇ ਉਸ ਤੋਂ ਬਾਅਦ ਇੱਕ ਗਾਣੇ ਆਉਂਦੇ ਰਹੇ ਪਰ ਇਹ ਗਾਣਾ 224 ਵਿੱਚ ਵਾਇਰਲ ਹੋ ਜੇਗਾ ਕਦੀ ਖਵਾਬ ਕਦੀ ਸੁਪਨਾ ਦੀਗਾ ਬਿਲਕੁਲ ਸਰ ਪਤਾ ਹੀ ਹੁੰਦਾ ਜੀ ਆਪਣੀ ਮਿਹਨਤ ਤੇ ਵੀ ਵਿਸ਼ਵਾਸ ਹੁੰਦਾ ਹੈ ਪੰਜਾਬੀਆਂ ਤੇ ਵਿਸ਼ਵਾਸ ਹੁੰਦਾ ਹੈ ਤੇ ਉਸ ਪਰਮਪਿਤਾ ਕਾਲਪੁਰਖ ਵਾਇਗਰੂ ਤੇ ਪਤਾ ਹੀ ਹੁੰਦਾ ਅੱਜ ਤੋਂ 24 ਸਾਲ ਪਹਿਲਾਂ ਕਲ ਦਾ ਮੈਂ ਕੋਈ 100 150 ਚੈਨਲ ਵਾਲੇ ਵੀਰਾਂ ਦੇ ਕੈਮਰੇ ਅੱਗੇ ਇਹੀ ਬੇਨਤੀ ਮੈਂ 2-4 ਦਿਨਾਂ ਤੋਂ ਕਰ ਚੁੱਕਾ ਹਾਂ ਕਿ ਅੱਜ ਤੋਂ 24 25 ਸਾਲ ਪਹਿਲਾਂ ਮੈਂ ਲਿਖਦਾ ਹੁੰਦਾ ਸੀ ਪਰਮਾਤਮਾ ਨੇ ਕਲਮ ਬੜੀ ਵੱਡੀ ਕਲਮ ਦਿੱਤੀ ਆ ਜੀ ਮੈਨੂੰ ਗਰੀਬ ਨੂੰ ਮੈਂ ਲਿਖਦਾ ਹੁੰਦਾ ਸੀ ਤੇ ਗਾਣੇ ਲਿਖ ਕੇ ਜਦੋਂ ਆਪਣੀਆਂ ਚੀਜ਼ਾਂ ਲਿਖ ਕੇ ਤੇ بڑے بڑے ਕਲਾਕਾਰਾਂ ਕੋਲ ਜਦੋਂ ਜਾਣਾ ਉਹਨਾਂ ਦੇ ਮਗਰ ਉਹਨਾਂ ਮਿਲਣ ਜਾਣਾ ਦੂਰ ਦੂਰ ਸ਼ਹਿਰਾਂ 'ਚ ਦਿੱਲੀ ਜਾਣਾ ਫਿਲਮ ਇੰਡਸਟਰੀ ਤੱਕ ਜਾਣਾ ਤੇ ਉਦੋਂ ਮੇਰੇ ਦੋਸਤਾਂ ਨੇ ਮੇਰੀ ਫਰੈਂਡ ਸਰਕਲ ਨੇ ਉਹਨਾਂ ਨੇ ਜਿੱਦਾਂ ਮਜ਼ਾਕ ਕਰਨਾ ਵੀ ਇਹ ਕੀ ਹੋ ਜੂਗਾ ਕੀ ਕਰ ਲੇਗਾ ਯਾਰ ਕੋ ਕੰਮ ਕਰੀਏ ਹੋਰ ਮੈਂ ਬੜੇ ਮਾਣ ਨਾਲ ਮੈਂ ਪਿਆਰ ਨਾਲ ਉਹਨਾਂ ਨੂੰ ਹਿੱਕ ਤੇ ਹੱਥ ਮਾਰ ਕੇ ਕਹਿਣਾ ਮੈਂ ਅੱਜ ਵੀ ਸਟਾਰ ਹਾਂ ਮੈਂ ਕੱਲ ਵੀ ਸਟਾਰ ਹਾਂ ਕਿਉਂਕਿ ਆਪਣੇ ਕੰਮ ਦਾ ਪਤਾ ਸੀ ਮੈਨੂੰ ਭਰੋਸਾ ਸੀਗਾ ਤੇ ਪੰਜਾਬੀਆਂ ਦਾ ਪਤਾ ਨਹੀਂ ਕਿਉਂ ਮੈਂ ਜੇ ਮੈਨੂੰ ਪੁੱਛੋ ਨਾ ਤੇਰਾ ਸੁਪਨਾ ਕੀ ਸੀ ਮੇਰਾ ਸੁਪਨਾ ਇਹ ਸੀ ਮੈਨੂੰ ਐਦਾਂ ਲੱਗਦਾ ਸੀ ਕਿ ਪੰਜਾਬੀਆਂ ਨੇ ਜਿੰਨਾ ਮੈਨੂੰ ਗਰੀਬ ਨੂੰ ਪਿਆਰ ਦੇਣਾ ਆ ਉਹ ਸ਼ਾਇਦ ਉਹਦੀ ਕੋਈ ਮਿਸਾਲ ਨਾ ਹੋਵੇ ਉਹ ਵਾਕਿਆ ਹੀ ਮੇਰਾ ਸੁਪਨਾ ਸੱਚ ਹੋਇਆ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਇਹੋ ਜਿਹਾ ਪਿਆਰ ਦਿੱਤਾ ਅੱਜ ਤੋਂ 24 25 ਸਾਲ ਪਹਿਲਾਂ ਤੇ ਰੈਗੂਲਰ ਹੁਣ ਤੱਕ ਪਿਆਰ ਦਿੰਦੇ ਆ ਰਹੇ ਨੇ ਤੇ ਆ ਜਿਹੜਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਉਹਨਾਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਨਾ ਪੰਜਾਬੀਆਂ ਨੇ ਸਾਗਰ ਦੀ ਵੋਟੀ ਵੀ ਸਾਡੇ ਨਾਲ ਮੌਜੂਦ ਹੈ ਤੁਹਾਡੇ ਹੀ ਵਾਇਸ ਜਿਹੜਾ ਵਾਇਰਲ ਹੋਲੀ ਹੈ ਰੀਲ ਬਣ ਰਹੀ ਹੈ ਉਸ ਤੋਂ ਹੀ ਸ਼ੁਰੂਆਤ ਕਰਦੇ ਹਾਂ ਇੱਕ ਵਾਰੀ ਉਹ ਗੀਤ ਦੇ ਜੋ ਬੋਲ ਉਹ ਜ਼ਰੂਰ ਜਾਹਰ ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਇਮੀਡੀਏਟਲੀ ਹੈ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਹੈ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਸ ਤੋਂ ਬਾਅਦ ਤੁਹਾਡਾ ਜੋ ਸੀਗਾ ਲਾਈਨ ਉਹ ਵੀ ਟੱਪਾ ਫਜੇਗਾ ਉਹ ਸੀਗਾ ਲਾਲ ਬੱਤੀ ਆ ਗਈ ਜਦ ਅਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਦ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਸਰ ਜੀ ਜੀ ਹੁਣ ਜਿਸ ਤਰ੍ਹਾਂ ਕੀ ਟ੍ਰੈਂਡਿੰਗ ਦੇ ਵਿੱਚ ਸਾਗਰ ਦੀ ਮੋਟੀ ਪੂਰੇ ਟ੍ਰੈਂਡਿੰਗ 'ਚ ਇਸ ਵਕਤ ਸੋਸ਼ਲ ਮੀਡੀਆ ਤੇ ਆ ਤਾਂ ਖੁਦ ਨੂੰ ਕਿੰਨਾ ਕੁ ਮਾਣ ਆਨੰਦ ਮਹਿਸੂਸ ਹੋ ਰਿਹਾ ਕਿ ਲੋਕ ਬਹੁਤ ਸਾਰਾ ਪਿਆਰ ਦੇ ਰਹੇ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਉਹ ਤੇ ਉਹਨਾਂ ਦੱਸਿਆ ਹੀ ਹੈ ਜੀ ਇਸ ਗੱਲ ਦੀ ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਉਹਨਾਂ ਵੀਰਾਂ ਦਾ ਉਹਨਾਂ ਭੈਣਾਂ ਦਾ ਇਸ ਨੂੰ ਦੇਣ ਨਹੀਂ ਦੇ ਸਕਦੇ ਇਹ ਬਿਲਕੁਲ ਸੱਚ ਗੱਲ ਹੈ ਬਾਕੀ ਇਸ ਤੋਂ ਜ਼ਿਆਦਾ ਤੁਹਾਨੂੰ ਇਹਨਾਂ ਨੇ ਦੱਸਣਾ ਹੈ ਤੇ ਇਹਨਾਂ ਕੋਲ ਹੀ ਪੁੱਛੋ ਕਿ ਹੁਣ ਦੇ ਸਮੇਂ ਦੀ ਗੱਲ ਕਰੀਏ ਤੇ ਪੌਪ ਕਲਾਸਿਕ 뮤직 ਬਣੀ ਵਕਫ ਵਕਤਰਾਂ ਦਾ 뮤직 ਜੋ ਹੈ ਹੁਣ ਦੀ ਇੰਡਸਟਰੀ ਦੇ ਵਿੱਚ ਆ ਗਿਆ ਪਰ ਅੱਜ ਵੀ ਲੋਕ ਪ੍ਰਾਤਨ ਉਹਨਾਂ ਗਾਣਿਆਂ ਨੂੰ ਹੀ ਕਹਿ ਸਕਦੇ ਆ ਕਿ ਉਹਨਾਂ ਦਾ ਆਨੰਦ ਮਾਣਦੇ ਹੋਏ ਉਹਨਾਂ ਦੀ ਹੀ ਯਾਦ ਦੇ ਵਿੱਚ ਜਾਂ ਕਈ ਲੋਕ ਅਜੇ ਵੀ ਉਹ ਚੀਜ਼ਾਂ ਨੂੰ ਗੂੰਗੜਾਉਂਦੇ ਨੇ ਤੁਹਾਨੂੰ ਕਿੰਨਾ ਕਿ ਖੁਸ਼ੀ ਹੁੰਦੀ ਹੈ ਕਿ ਅੱਜ ਜੋ ਪਰਾਤਨ ਜੋ 19 ਸਾਲ ਪਹਿਲਾਂ ਜੋ ਤੁਸੀਂ ਇੱਕ ਗਾਣਾ ਗਾਇਆ ਸੀ ਉਹ ਲੋਕਾਂ ਤੱਕ ਅੱਜ ਪਹੁੰਚਿਆ ਹੁਣ ਦੀ ਪੀੜ੍ਹੀਆਂ ਉਸ ਤੇ ਰੀਲਾਂ ਬਣਾ ਰਹੀਆਂ ਨੇ ਉਸ ਨੂੰ ਕਹਿ ਸਕਦੇ ਹਾਂ ਕਿ ਸੁਣ ਰਹੀਆਂ ਨੇ ਜੀ ਉਹ ਤੇ ਸਾਰਾ ਉਹ ਤੇ ਸਾਰਾ ਕੁਝ ਇਹਨਾਂ ਨੇ ਵੀ ਦੱਸਤਾ ਮੈਂ ਵੀ ਦੱਸਦਾ ਕਿ ਉਹ ਤੇ ਅਥਾਹ ਖੁਸ਼ੀ ਆ ਉਹਦਾ ਕੋਈ ਅੰਤ ਨਹੀਂ ਆ ਦੇਣ ਨਹੀਂ ਦੇ ਸਕਦੇ ਪੰਜਾਬੀਆਂ ਦਾ ਆਪਣੇ ਸੌਤਿਆਂ ਦਾ ਪਰ ਜਿਹੜੀ ਗੱਲ ਹੈ ਨਾ ਕਿ ਅੱਜ ਕੱਲ ਪੌਪ ਦਾ ਦੌਰ ਆ ਜਾਂਜੋ ਤੁਸੀਂ ਨਾਂ ਲੈ ਆ ਰੈਪ ਦਾ ਦੌਰ ਆ ਸਾਰੋਂ ਉਹਨਾਂ ਦੀ ਅਲੱਗ ਮੇਜ ਆ ਉਹ ਸਾਡੇ ਤੋਂ ਵਧੀਆ ਮੇਜ ਆ ਉਹ ਸਾਡੇ ਤੋਂ ਵਧੀਆ ਗਾਉਂਦੇ ਨੇ ਸਾਡੇ ਤੋਂ ਵਧੀਆ ਕੰਮ ਕਰਦੇ ਨੇ ਨਵੀਂ ਪੀੜੀ ਆ ਉਹ ਬਹੁਤ ਜ਼ਿਆਦਾ ਅੱਗੇ ਆ ਸਾਡੇ ਨਾਲੋਂ ਉਹ ਜਿਹੜਾ ਉਹ ਕੰਮ ਕਰਦੇ ਨੇ ਉਹਨਾਂ ਦੀ ਫੈਨ ਫਾਲੋਇੰਗ ਸਾਡੇ ਨਾਲੋਂ ਬਹੁਤ ਜ਼ਿਆਦਾ ਆ ਉਹ ਲੋਕ ਸਾਡੇ ਨੂੰ ਬਹੁਤ ਅੱਗੇ ਆ ਜੀ ਤੇ ਅਸੀਂ ਵੀ ਆਪਣਾ ਕੰਮ ਅਸੀਂ ਸੇਵਾ ਕਰਦੇ ਆ ਜੀ ਕਰੀ ਜਾ ਰਹੇ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ ਜੀ ਜਿੱਥੋਂ ਤੱਕ ਸਵਾਲ ਹੈ ਜਿਵੇਂ ਕਿ ਤੁਸੀਂ ਵੀ ਨਾਮ ਲਿਆ ਕਿ ਜਿਵੇਂ ਸਾਡੇ ਫਿਲਮ ਇੰਡਸਟਰੀ ਦੀਆਂ ਬੇਟੀਆਂ ਜਿਵੇਂ ਨੀਰੂ ਬਾਜਵਾ ਜੀ ਨਿਮਰਤ ਜੀ ਬਾਨੀ ਸੰਤੂ ਸਾਰੀਆਂ ਬੱਚੀਆਂ ਜਿਹੜੀਆਂ ਜਿਵੇਂ ਪੰਜਾਬੀ ਸਰੋਤਿਆਂ ਦੇ ਵਿੱਚੋਂ ਪੰਜਾਬਣ ਮੁਟਿਆਰਾ ਮੇਰੀਆਂ ਧੀਆਂ ਮੇਰੀਆਂ ਛੋਟੀਆਂ ਭੈਣਾਂ ਧੀਆਂ ਵਰਗੀਆਂ ਮੇਰੀਆਂ ਧੀਆਂ ਵਰਗੀਆਂ ਛੋਟੀਆਂ ਭੈਣਾਂ ਚੂੜੇ ਵਾਲੀਆਂ ਬੇਟੀਆਂ ਲੱਖਾਂ ਦੀ ਗਿਣਤੀ ਚ ਜਿਨ੍ਹਾਂ ਨੇ ਉਹ ਰੀਲਾਂ ਵਗੈਰਾ ਬਣਾਈਆਂ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਉਹਨਾਂ ਬੇਟੀਆਂ ਦਾ ਉਹਨਾਂ ਭੈਣਾਂ ਦਾ ਸਮੁੱਚੇ ਪੰਜਾਬੀਆਂ ਦਾ ਮੈਂ ਕਿੱਥੇ ਦੇਣ ਦਊਗਾ ਮੈਂ ਹਜ਼ਾਰਾਂ ਜਨਮ ਲੈ ਕੇ ਮੈਂ ਗਰੀਬ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜਿਹੜੀ ਗੱਲ ਆ ਉਹ ਸਾਡੇ ਸਟਾਰ ਲੋਕਾਂ ਦੀ ਜਿਵੇਂ ਉਹ ਮੈਂ ਨਾਂ ਲਿਆ ਬੇਟੀਆਂ ਦਾ ਫਿਲਮਾਂ ਵਾਲੀਆਂ ਬੇਟੀਆਂ ਤੇ ਉਹ ਜਿਹੜੇ ਵੀਰ ਜੀ ਆ ਜਿਵੇਂ ਅਮਰਤ ਜੀ ਰਾਜਵੀਰ ਜਵੰਦਾ ਜੀ ਰਣਜੀਤ ਬਾਵਾ ਜੀ ਗਿੱਪੀ ਗਰੇਵਾਲ ਜੀ ਭਾਰਤੀ ਜੀ ਉਹ ਜਿਹੜੇ ਲੋਕ ਨੇ ਰਣਜੀਤ ਬਾਵਾ ਜੀ ਤੇ ਇਹ ਜਿਹੜੇ ਵੱਡੇ ਸਟਾਰ ਲੋਕ ਨੇ ਉਹ ਸਾਰ ਉਹ ਉਹਨਾਂ ਦਾ ਵੱਡਾ ਪਾਣ ਹੈ ਏ 걔 ਉਹ ਮੇਰੀਆਂ ਰੀਲਾਂ ਬਣਾ ਰਹੇ ਆ ਜਾਂ ਉਹ ਸਾਗਰ ਸਾਗਰ ਉਹ ਆਪਣੇ ਮੂੰਹ ਚੋਂ ਨਾਂ ਲੈਂਦੇ ਆ ਉਹ ਉਹਨਾਂ ਦਾ ਨਾ ਇਹ ਵੱਡਾ ਪਾਣ ਹੈ ਕਿਉਂਕਿ ਉਹ ਵੱਡੇ ਲੋਕ ਆ ਉਹਨਾਂ ਦੀ ਸੋਚ ਵੀ ਵੱਡੀ ਉਹਨਾਂ ਦਾ ਜਿਗਰ ਵੀ ਵੱਡਾ ਤੇ ਉਹ ਸਾਨੂੰ ਸਾਡੇ ਵਰਗਿਆਂ ਨੂੰ ਨਾਲ ਰਲਾ ਕੇ ਸਾਡੇ ਵਰਗੇ ਭੈਣ ਭਰਾਵਾਂ ਨੂੰ ਤੁਰਦੇ ਨੇ ਸਾਨੂੰ ਵੀ ਨਾਲ ਲੈ ਕੇ ਤੁਰਦੇ ਨੇ ਇਹ ਉਹਨਾਂ ਦਾ ਵੱਡਾਪਨ ਹੈ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਹੈ ਕਿ ਉਹ ਤੂੰ ਸਾਗਰ ਦੀ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਤੇ ਰੱਬ ਤੋਂ ਬਿਨਾ ਤੇ ਕਿਸੇ ਨੂੰ ਕਿਉਂਕਿ ਉਹਨਾਂ ਦਾ ਆਪ ਵੱਡਾ ਨਾ ਆ ਜੀ ਇੰਡੀਕਾ ਦਾ ਲੈਣਾ ਦੇਣਾ ਕੀ ਹੈ ਇਸ ਗਾਣੇ ਦੇ ਵਿੱਚ ਉਹ ਦੱਸ ਦੋ ਕਿ ਡਰਾਈਵਰ ਹੀ ਸਿੱਖਣ ਨੂੰ ਲੈ ਕੇ ਸੀ ਜਾਂ ਕੀ ਸੀ ਬੜਾ ਇੱਕ ਹਰ ਇੱਕ ਦੇ ਵਿੱਚ ਮਨਵੀ ਸਵਾਲ ਹੈ ਕਿ ਇੰਡੀਕਾ ਦਾ ਕੀ ਲੈਣਾ ਦੇਣਾ ਸਾਗਰ ਦੀ ਮੋਢੀ ਨਾਲ ਉਹ ਸਰ ਇੰਡੀਕਾ ਉਦੋਂ ਉਦੋਂ ਰਵਾਜ ਹੀ ਉਸੇ ਗੱਡੀ ਦਾ ਸੀਗਾ ਇੰਡੀਕਾ ਦਾ ਫਿਰ ਉਹ ਜਦੋਂ ਅਸੀਂ ਲਈ ਪਹਿਲੀ ਗੱਡੀ ਸਾਡੇ ਕੋਲ ਉਹ ਹੀ ਸੀਗੀ ਤੇ ਫਿਰ ਜਦੋਂ ਲਈ ਉਦੋਂ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਥੋੜਾ ਜਾਚ ਦੱਸ ਦਿਓ ਗੱਡੀ ਦੀ ਫਿਰ ਮੈਂ ਸਿੱਖ ਲਈ ਬਿਲਕੁਲ ਬਿਲਕੁਲ ਤੇ ਅੱਜ ਕਹਿੰਦੇ ਆ ਕਿ ਉਹ ਇੰਡੀਕਾ ਗੱਡੀ ਦੇਸ਼ਾਂ ਵਿੱਚ ਦੇਸ਼ਾਂ ਦਾ ਘੁੰਮਰੀ ਆ ਦੇਸ਼ਾਂ ਵਿੱਚ ਦੇਸ਼ਾਂ ਤੱਕ ਲੋਕ ਬਿਲਕੁਲ ਜੀ ਬਿਲਕੁਲ ਜੀ ਇੱਕ ਸਾਡੇ ਵੀ ਤਿੰਨ ਹੀ ਗਾਣੇ ਚ ਪਰੋਇਆ ਗਿਆ ਸਰ ਉਹ ਤੇ ਗਾਣਾ ਲਿਖਿਆ ਜੀ ਮੈਂ ਰਾਈਟਰ ਹਾਂ ਮੈਂ ਰਾਈਟਰ ਆ ਪ੍ਰਮਾਤਮਾ ਨੇ ਮੈਨੂੰ ਕਲਮ ਦਿੱਤੀ ਬੜੀ ਵੱਡੀ ਕਲਮ ਦਿੱਤੀ ਆ ਪ੍ਰਮਾਤਮਾ ਨੇ ਮੈਨੂੰ ਉਹਦੇ ਗਾਣੇ ਲਿਖਿਆ ਜੀ ਜਿਦ ਤਰ੍ਹਾਂ ਡਰਾਈਵਰ ਵੀਰਾਂ ਦੇ ਗਾਣੇ ਫੌਜੀ ਵੀਰਾਂ ਦੇ ਗਾਣੇ ਕਿਸਾਨਾਂ ਦੇ ਅਸੀਂ ਉਹ ਸਾਰਾ ਕੱਦੂ ਮਾਰ ਲੈ ਖੇਤਾਂ ਦੇ ਗਾਣੇ ਹਣਾ ਚਰੀਆਂ ਵਟਾਂ ਬੰਨਿਆਂ ਦੇ ਗਾਣੇ ਪੰਜਾਬ ਦੀਆਂ ਤਸਵੀਰਾਂ ਪੰਜਾਬੀ ਕਲਚਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਉਹ ਲਿਖੀਆਂ ਮੈਂ ਗਾਈਆਂ ਇਹ ਚੁਟਕਲੇ ਹੁੰਦੇ ਨੇ ਮਜ਼ਾਕ ਹੁੰਦਾ ਹੈ ਪਿੰਡੂ ਕਲਚਰ ਦੀਆਂ ਇਹ ਮੂੰਹ ਬੋਲਦੀਆਂ ਤਸਵੀਰਾਂ ਉਹ ਮੈਂ ਲਿਖੀਆਂ ਗਾਈਆਂ ਸ਼ਰਾਰਤਾਂ ਅੱਜ ਤੱਕ ਲਿਖਦਾ ਲਿਖੀ ਜਾਣਾ ਗਾਈ ਜਾਣਾ ਜਿੰਨਾ ਚਿਰ ਸਾਹ ਹੈਗੇ ਆ ਅਗਾਂਹ ਵੀ ਹੁਣ ਦੋਵਾਂ ਨੇ ਕੋਈ ਨਵਾਂ ਗੀਤ ਆ ਰਿਹਾ ਹੈ ਜਾਂ ਕੁਝ ਹੋਰ ਜੋ ਲੋਕਾਂ ਦੇ ਵੱਲੋਂ ਇੰਨਾ ਪਿਆਰ ਸਤਕਾਰ ਹੁੰਗਾਰਾ ਮਿਲ ਰਿਹਾ ਹੈ ਕੁਝ ਲੈ ਕੇ ਕੋਈ ਨਵੇਂ ਵੈਂਚਰ ਵੀ ਆ ਰਹੇ ਸੀ ਬਿਲਕੁਲ ਜੀ ਬਿਲਕੁਲ ਆ ਰਹੇ ਰਿਕਾਰਡਿੰਗਾਂ ਹੋ ਚੁੱਕੀਆਂ ਨੇ ਹਾਂ ਤੇ ਬਾਕੀ ਆ ਥੋੜੇ ਟਾਈਮ ਚ ਤੁਹਾਡਾ ਸਾਗਰ ਜੀ ਦੇ ਨਾਲ ਕੀ ਮਨਪਸੰਦੀ ਦਾ ਆਪਣਾ ਗਾਣਾ ਉਸਦੇ ਬੋਲ ਵੀ ਮੈਂ ਕਿੰਨਾ ਇੱਕ ਵਾਰ ਸਾਂਝੇ ਕਰਦੇ ਹਾਂ ਸੋਹਣੀਏ ਨੀ ਬਾਰੀ ਵਿੱਚ ਬੈਠੀ ਐ ਸਵੇਰ ਦੀ ਨੈਣਾ ਵਾਲੀ ਆਰੀ ਜਾਵੇਂ ਮੁੰਡਿਆਂ ਤੇ ਫੇਰਦੀ ਸੋਹਣੀਏ ਨੀ ਬਾਰੀ ਵਿੱਚ ਬੈਠੀ ਐ ਸਵੇਰ ਦੀ ਨੈਣਾ ਵਾਲੀ ਆਰੀ ਜਾਵੇਂ ਮੁੰਡਿਆਂ ਤੇ ਫੇਰਦੀ ਚੱਲ ਥੋੜਾ ਚਿਰ ਮੁੰਡਿਆਂ ਦੀ ਛੱਡ ਦੇ ਨੀ ਜਾਨ ਥੋੜਾ ਚਿਰ ਮੁੰਡਿਆਂ ਦੀ ਛੱਡ ਦੇ ਨੀ ਜਾਨ ਉੱਲੀ ਅੱਖੀਆਂ ਤੋਂ ਪੁੰਨਿਆਂ ਦਾ ਚੰਦ ਕਰਕੇ ਥੋੜਾ ਸੌਂ ਜਾ ਨੀ ਦੁਪਹਿਰੇ ਬਾਰੀ ਬੰਦ ਕਰਕੇ ਥੋੜਾ ਸੌਲਾ ਨੀ ਦੁਪਹਿਰੇ ਬਾਰੀ ਬੰਦ ਕਰਕੇ ਓ ਕਿੰਨੇ ਹੀ ਮੁੰਡੇ ਮੈਂ ਨਾਲ ਨਜਰਾਂ ਦੇ ਡੰਗੇ ਝੜਦੇ ਤੋਂ ਝੜਦੇ ਮਸੂਲੀ ਉੱਤੇ ਟੰਗੇ ਖੋਰੇ ਕਦੋਂ ਆਉ ਕਿਸੇ ਸੋਹਣੀ ਮਾਂ ਦਾ ਪੁੱਤ ਖੋਰੇ ਕਦੋਂ ਆਉ ਕਿਸੇ ਸੋਹਣੀ ਮਾਂ ਦਾ ਪੁੱਤ ਪਹਿਲੀ ਨਜ਼ਰੇ ਸਾਨੂੰ ਵੀ ਜਿਹੜਾ ਡੰਗ ਜਾਊਗਾ ਜੇ ਮੈਂ ਸੌਂਗੀ ਕੋਈ ਸੁਨੱਖਾ ਮੁੰਡਾ ਲੰਘ ਜਾਊਗਾ ਜੇ ਮੈਂ ਸੌਂਗੀ ਕੋਈ ਸੁਨੱਖਾ ਮੁੰਡਾ ਲੰਘ ਜਾਊਗਾ ਜੇ ਮੈਂ ਸੌਂਗੀ ਕੋਈ ਸੁਨੱਖਾ ਮੁੰਡਾ ਲੰਘ ਜਾਊਗਾ ਸਭ ਢੇਰ ਸਾਰੇ ਦਰਸ਼ਕਾਂ ਨੂੰ ਦੇਖਦੇ ਵੀ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਕੋਈ ਪਕਾਵਾ ਸਰ ਦਰਸ਼ਕਾਂ ਨੂੰ ਪੰਜਾਬੀ ਸਰੋਤਿਆਂ ਨੂੰ ਪੰਜਾਬੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਮੈਸੇਜ ਮੈਂ ਗਰੀਬ ਨੇ ਕੀ ਦੇਣਾ ਜੀ ਮੇਰੇ ਉਹ ਬੱਚੇ ਸਾਡੇ ਨਾਲੋਂ ਬਹੁਤ ਅੱਜਕੱਲ ਨਵੀਂ ਪੀੜ੍ਹੀ ਸਾਡੇ ਨਾਲੋਂ ਬਹੁਤ ਅੱਗੇ ਆ ਮੇਰੀ ਕੌਣ ਮੰਨਦਾ ਜੀ ਪਰ ਮੇਰੀ ਗਰੀਬੀ ਤੇ ਕੌਣ ਮੰਨਦਾ ਪਰ ਮੈਂ ਫਿਰ ਵੀ ਇੱਕ ਜਿਹੜਾ ਕੱਲ ਪਰਸੋਂ ਦਾ 100 ਚੈਨਲ ਵਾਲੇ ਵੀਰਾਂ ਨੂੰ ਮਤਲਬ 100 ਤੋਂ ਜ਼ਿਆਦਾ ਉਹਨਾਂ ਨੂੰ ਜਿਹੜਾ ਮੈਂ ਬੇਨਤੀ ਕਰਦਾ ਇਹੋ ਹੀ ਕਿ ਮੇਰੀ ਸਮੁੱਚੇ ਪੰਜਾਬੀਆਂ ਦੇ ਚਰਨਾਚ ਸਮੁੱਚੇ ਸਰੋਤਿਆਂ ਦੇ ਸਰੋਤਿਆਂ ਦੇ ਚਰਨਾਚ ਔਰ ਸਮੁੱਚੀ ਮਾਨਵਤਾ ਦੇ ਚਰਨਾਚ ਪੂਰੀ ਧਰਤੀ ਪੂਰੇ ਮਾਤਲੁਕ ਤੇ ਜਿੰਨੀ ਸਮੁੱਚੀ ਮਾਨਵਤਾ ਦੇ ਚਰਨਾਂ 'ਚ ਮੇਰੀ ਗਰੀਬ ਦੀ ਇੱਕ ਬੇਨਤੀ ਆ ਤੇ ਪਰਮਪਿਤਾ ਅਕਾਲਪੁਰਖ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਕਿ हे ਸੱਚੇ ਪਾਤਸ਼ਾਹ ਔਰ ਪੂਰੀ ਮਨੁੱਖਤਾ ਨੂੰ ਮੇਰੀ ਬੇਨਤੀ ਹੈ ਕਿ ਜੇ ਕਿਤੇ ਆ ਜਾਤਾਂ ਪਾਤਾਂ ਕੌਮਾਂ ਮਜ਼ਬਾਂ ਧਰਮਾਂ ਫਿਰਕਾ ਪਰਸਤੀਆਂ ਦੇ ਝਗੜਿਆਂ ਝੇੜਿਆਂ ਤੋਂ ਉੱਪਰ ਉੱਠ ਕੇ ਕਿਤੇ ਇਨਸਾਨ ਦਾ ਇਨਸਾਨ ਦੇ ਨਾਲ ਪਿਆਰ ਕਿਤੇ ਐਦਾਂ ਪੱਕੀਆਂ ਪ੍ਰੀਤਾਂ ਗੰਢਾਂ ਪੈ ਜਾਣ ਹੱਦਾਂ ਸਰਹੱਦਾਂ ਮੁੱਕ ਜਾਣ ਵੇੜਿਆਂ 'ਚੋਂ ਕੰਧਾਂ ਢਹਿ ਜਾਣ ਕਿਤੇ ਉਹ ਸਮਾਂ ਆ ਜਾਏ ਇਨਸਾਨ ਇੱਕ ਹੋ ਜੇ ਜਾਤਾਂ ਪਾਤਾਂ ਖਤਮ ਹੋ ਜਾਣ ਫਿਰ ਉਹਦੇ ਨਾਲ ਇੱਕੋ ਹੀ ਧਰਮ ਦੁਨੀਆ ਤੇ ਰਹਿ ਜੇ ਮਨੁੱਖਤਾ ਦਾ ਇਨਸਾਨੀਅਤ ਦਾ ਧਰਮ ਪਿਆਰ ਦਾ ਧਰਮ ਤੇ ਇੰਨੀ ਮੇਰੀ ਅਰਦਾਸ ਸੇਮ ਹੀ ਜੀ ਸੇਮ ਅੱਜ ਲੱਗਦਾ ਕਿ ਹੁਣ ਦੇ ਸਮੇਂ ਦੇ ਵਿੱਚ ਜੋ ਪ੍ਰਾਤਨ ਪਿੰਡਾਂ ਦੇ ਵਿੱਚ ਅਖਾੜੇ ਲੱਗਦੇ ਸੀਗੇ ਜੋ ਯੁੱਗ ਸੀਗਾ ਉਹ ਹੁਣ ਵੀ ਬਰਕਰਾਰ ਰਹੇਗਾ ਆਉਣ ਅਗਲੇ ਸਮਿਆਂ ਦੇ ਵਿੱਚ ਉਹ ਕਦੀ ਉਹ ਤੇ ਸਦੀਆਂ ਤੱਕ ਜਿੰਨੀ ਦੇਰ ਧਰਤੀ ਰਹੂਗੀ ਚੰਨ ਸਤਾਰੇ ਉਦੋਂ ਤੱਕ ਰਹੋ ਜਿਹੜੇ ਸਾਡੇ ਪੰਜਾਬ ਦੇ ਕਲਾਕਾਰ ਨੇ ਡਿਊਟ ਕਲਾਕਾਰ ਨੇ ਸਾਰੇ ਸਾਡੇ ਹਜ਼ਾਰਾਂ ਜੋੜੀਆਂ ਇੱਕ ਸੈਕਿੰਡ ਵੀ ਨਹੀਂ ਰੁਕੇ ਜੀ ਘਰ ਰਹਿਣ ਦਾ ਕਿਸੇ ਨੂੰ ਟਮਾ ਨਹੀਂ ਮਿਲਦਾ ਅੱਗੇ ਹੋਣਗੇ ਅੱਗੋਂ ਗਾਣਿਆਂ ਦੀ ਝੜੀ ਲੱਗੀ ਲੱਗੀ ਆਕੂ ਆਕੂ ਜਾਂਦਾ ਜੀ ਸਾਰੇ ਪੰਜਾਬੀ ਸਾਰੇ ਕਲਾਕਾਰ ਅੱਗੋਂ ਜ਼ਿਆਦਾ ਕਰਨਗੇ ਉਹ ਪਹਿਲਾਂ ਵੀ ਕਰ ਰਹੇ ਆ ਗਾਵੇਂ ਵੀ ਕਰਨਗੇ ਇੰਟਰਵਿਊ ਦੀ ਸਮਾ ਵੀ ਤੁਹਾਡੇ ਸਾਗਰ ਦੀ ਵੋਟੀ ਦਾ ਗਾਣੇ ਤੋਂ ਕਰਦੇ ਆ ਫਿਰ ਇਸ ਤੋਂ ਬਾਅਦ ਸਮਾਪਤ ਕੀਆ ਜੀ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਅਗੀ ਜਰ ਅਸੇ ਪਾਸੇ ਵੇਖ ਲਾਲ ਬੱਤੀ ਅਗੀ ਜਰ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ